ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜਿਆ ਔਰ ਹਰਸਿਮਰਤ ਬਾਦਲ ਜਿਹੜੀ ਪੰਜਾਬੀਆਂ ਦੇ ਹੱਕਾਂ ਦੀ ਗੱਲ ਦੀ ਬੜੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੀ ਹੈ, ਮੈਂ ਉਹਨੂੰ ਪੁੱਛਣਾ ਚਾਹੁੰਦੀ, ਮੂਕ ਬਣ ਕੇ ਕਿਉਂ ਦੇਖਦੀ ਹੈ ਹੁਣ ਉਹ? ਪਰ ਮਾਝੇ ਵਾਲਿਆਂ ਨੇ ਤਾਂ ਹੱਦ ਹੀ ਕਰਤੀ, ਜਿਹੜੇ ਆਪਦੇ ਆਪ ਨੂੰ ਮਾਝੇ ਦਾ ਜਰਨੈਲ ਕਹਿੰਦੇ ਸੀ ਉਹਨਾਂ ਨੂੰ ਨਾਲੀ 'ਚ ਰੋੜਤਾ ਉਹਨੇ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਤੇ ਚੰਡੀਗੜ੍ਹ ਪੁਲਿਸ ਦੇ DSPs ਨੂੰ ਦਿੱਲੀ ਕੈਡਰ ਵਿੱਚ ਸ਼ਾਮਿਲ ਕਰਨ ਤੇ ਅਕਾਲੀ ਦਲ ਦੇ ਵਿਰੋਧ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਕੇ ਇਤਰਾਜ਼ ਜਤਾਇਆ। ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਦੇ ਗਜ਼ਟਿਡ ਅਫਸਰਾਂ ਨੂੰ ਦਿੱਲੀ ਪੁਲਿਸ ਹੇਠ ਲਿਆ ਕੇ ਕੇਂਦਰ ਸਰਕਾਰ ਚੰਡੀਗੜ੍ਹ ਤੇ ਪੰਜਾਬ ਦੇ ਹੱਕਾਂ ਨੂੰ ਡਾਕਾ ਮਾਰ ਰਿਹਾ। ਉਹਨਾਂ ਕਿਹਾ ਕਿ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੱਕ ਹੈ, ਪਰ ਹੁਣ ਇਸ ਹੱਕ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਦੀ ਜਿਹੜੀ ਕੇਂਦਰ ਸਰਕਾਰ ਹੈ, ਇਸ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵੱਜਿਆ ਔਰ ਬੜਾ ਕੈਮੋਫਲਾਜ ਤੀਰ ਮਾਰਿਆ। ਇੱਕ ਨੋਟੀਫਿਕੇਸ਼ਨ 25/9/2018 ਨੂੰ ਆਇਆ ਜਿਹਦੇ ਤਹਿਤ ਪੰਜਾਬ ਰੀਓਰਗਨਾਈਜੇਸ਼ਨ ਐਕਟ 1966 ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਜਾਂਦਾ ਹੈ, ਉਹਦੀ ਸਪਿਰਿਟ ਦੀ ਵਾਇਲੇਸ਼ਨ ਹੋਈ ਹੈ ਔਰ ਪੰਜਾਬ ਦੇ ਹੱਕਾਂ ਨੂੰ ਮਧੋਲਿਆ ਗਿਆ। 50 ਪਿੰਡ ਮਾਰ ਕੇ ਚੰਡੀਗੜ੍ਹ ਬਣਿਆ ਸੀ ਔਰ ਜਦੋਂ ਚੰਡੀਗੜ੍ਹ ਬਣਿਆ ਸੀ ਉਹਦੇ ਨਾਲ ਹੀ ਹਰਿਆਣਾ ਬਣਿਆ ਔਰ ਉਦੋਂ 60-40 ਦੀ ਰੇਸ਼ੋ ਨਾਲ ਅਫਸਰ ਲਾਉਣ ਦੀ ਜਿਹੜੀ ਕਿਵਾਇਤ ਚੱਲੀ ਉਹ 1966 ਦੇ ਪੰਜਾਬ ਰੀਓਰਗਨਾਈਜੇਸ਼ਨ ਐਕਟ ਤੋਂ ਚੱਲੀ ਸੀ। ਉਸ ਤੋਂ ਬਾਅਦ ਇਹ ਕਾਫੀ ਅਰਸੇ ਚੱਲਦਾ ਰਿਹਾ ਔਰ 2012 ਦੇ ਵਿੱਚ ਮੈਂ ਚਿਦੰਬਰਮ ਸਾਹਿਬ ਦੀ ਇੱਕ ਚਿੱਠੀ ਦਾ ਹਵਾਲਾ ਦਿੱਤਾ ਜਿਹਦੇ ਚਿਦੰਬਰਮ ਸਾਹਿਬ ਨੇ ਇਹ ਅਸ਼ੋਰੈਂਸ ਦਿੱਤੀ ਹੈ ਸਟੇਟ ਨੂੰ, ਪੰਜਾਬ ਸਟੇਟ ਨੂੰ, ਕਿ ਪੰਜਾਬ ਦੇ ਹੱਕਾਂ ਨੂੰ ਕੋਈ ਢਾਅ ਨਹੀਂ ਲੱਗੇਗੀ ਔਰ ਇਹ 60-40 ਦੀ ਰੇਸ਼ੋ ਚੱਲਦੀ ਰਹੇਗੀ। ਹੁਣ ਜਿਹੜਾ DSP ਲਾਉਣ ਦੇ ਨੋਟੀਫਿਕੇਸ਼ਨ ਸੈਂਟਰ ਦੀ ਸਰਕਾਰ ਨੇ ਕੀਤਾ ਹੈ, ਇਹ ਇਨਡਾਇਰੈਕਟਲੀ ਪੰਜਾਬ ਦੇ 60-40 ਦੇ ਹੱਕਾਂ ਨੂੰ ਖੋਹਣ ਦਾ ਇੱਕ ਉਪਰਾਲਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਇਸ ਤੋਂ ਵੀ ਵੱਧ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਤੋਂ ਇੱਕੋ ਇੱਕ ਕੇਂਦਰੀ ਮੰਤਰੀ ਸੂਬੇ ਨਾਲ ਹੋ ਰਹੇ ਧੱਕੇ ਤੇ ਤਮਾਸ਼ਾ ਵੇਖ ਰਹੀ ਹੈ ਔਰ ਹਰਸਿਮਰਤ ਬਾਦਲ ਜਿਹੜੀ ਪੰਜਾਬੀਆਂ ਦੇ ਹੱਕਾਂ ਦੀ ਗੱਲ ਦੀ ਬੜੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੀ ਹੈ, ਮੈਂ ਉਹਨੂੰ ਪੁੱਛਣਾ ਚਾਹੁੰਦੀ, ਮੂਕ ਬਣ ਕੇ ਕਿਉਂ ਦੇਖਦੀ ਹੈ ਹੁਣ ਉਹ? ਕਿਉਂ ਨਹੀਂ ਅੱਜ ਉਹਨੇ ਆਵਾਜ਼ ਚੁੱਕੀ? ਮੈਨੂੰ ਲੱਗਦਾ ਇਹ ਜਿਹੜਾ ਪਰਿਵਾਰ ਹੈ ਇਹ ਕਿਸੇ ਸ਼ੋਕ ਸਭਾ 'ਚ ਬੈਠਾ ਹੋਣਾ, ਕਿਉਂਕਿ ਅਕਾਲੀ ਦਲ ਹੁਣ ਖਾਲੀ ਦਲ ਬਣ ਰਿਹਾ। ਜਿੰਨੇ ਟਕਸਾਲੀ ਅਕਾਲੀ ਨੇ ਉਹ ਖੁੱਲ੍ਹੇਆਮ ਆ ਕੇ ਹੁਣ ਬਗਾਵਤ ਕਰ ਰਹੇ ਹਾਂ। ਅੱਜ ਮੈਂ ਸੰਗਰੂਰ ਗਿਆ ਸੀ ਅਤੇ ਮੈਂ ਉੱਥੇ ਕਿਹਾ ਸੰਗਰੂਰ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਸਤੰਭ ਸੀ, ਦੀ ਪਿਲਰ ਆਫ ਸਟਰੈਂਥ, ਜਿਹਨੇ ਬਲੀਦਾਨ ਤਿਆਗ ਕਰਕੇ ਅਕਾਲੀ ਦਲ ਨੂੰ ਸਿੰਚਿਆ ਸੀ, ਉਹ ਹਾਰ ਮੰਨ ਕੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਵਾਪਸ ਚਲਿਆ ਗਿਆ ਔਰ ਮਾਝੇ ਵਾਲਿਆਂ ਨੇ ਤਾਂ ਹੱਦ ਹੀ ਕਰਤੀ।
ਜਿਹੜੇ ਆਪਦੇ ਆਪ ਨੂੰ ਮਾਝੇ ਦਾ ਜਰਨੈਲ ਕਹਿੰਦੇ ਸੀ ਉਹਨਾਂ ਨੂੰ ਨਾਲੀ 'ਚ ਰੋੜਤਾ ਉਹਨਾਂ ਨੇ। ਅਕਾਲੀ ਦਲ ਉਹ ਸੀ ਜਿਹੜਾ ਮਾਸਟਰ ਤਾਰਾ ਸਿੰਘ ਦਾ ਸੀ, ਫੇਰੂ ਮਾਨ ਸਾਹਿਬ ਦਾ ਸੀ, ਸੰਤ ਫਤਿਹ ਸਿੰਘ ਦਾ ਸੀ, ਗਿਆਨੀ ਕਿਰਪਾਲ ਸਿੰਘ ਦਾ ਸੀ, ਗੁਦੜੀ ਵਾਲੇ ਬਾਬਿਆਂ ਦਾ। ਹੁਣ ਤਾਂ ਮੈਨੂੰ ਲੱਗਦਾ ਅਕਾਲੀ ਦਲ ਜੀਜੇ ਸਾਲੇ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਰਹਿ ਜਾਣੀ ਹੈ। ਸਿੱਧੂ ਨੇ ਕਿਹਾ ਕਿ ਉਹ ਚੰਡੀਗੜ੍ਹ ਲਈ ਜਾਨ ਦੀ ਬਾਸੀ ਲਗਾਉਣ ਨੂੰ ਤਿਆਰ ਨੇ ਤੇ ਉਹ ਕਿਸੇ ਵੀ ਹਾਲਤ ਵਿੱਚ ਚੰਡੀਗੜ੍ਹ ਨੂੰ ਆਂਚ ਤੱਕ ਨਹੀਂ ਆਉਣ ਦੇਣਗੇ। ਹਮੇਸ਼ਾ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਵੀ ਸਮਝਿਆ ਔਰ ਚੰਡੀਗੜ੍ਹ ਦੇ ਉੱਤੇ ਆਪਣਾ ਹੱਕ ਵੀ ਸਮਝਿਆ। ਚੰਡੀਗੜ੍ਹ ਸਾਡਾ ਸੀ ਅਤੇ ਸਾਡਾ ਰਹੂਗਾ। ਇਹਦੇ ਲਈ ਚਾਹੇ ਜਿੰਦ ਦੀ ਬਾਜ਼ੀ ਲਾਉਣੀ ਪਵੇ, ਇਹ ਪੰਜਾਬ ਦੇ ਦਿਲੋ ਦਿਮਾਗ ਦੇ ਉੱਤੇ ਬਣਿਆ, ਇਹਨੂੰ ਆਂਚ ਨਹੀਂ ਆਉਣ ਦੇਵਾਂਗੇ। ਇਹ ਕੈਪਟਨ ਸਰਕਾਰ ਦੀ ਉਦਘੋਸ਼ਣਾ ਹੈ। ਜ਼ਿਕਰ ਹੋ ਗਿਆ ਕਿ ਸਰਕਾਰ ਨੇ 25 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਮੁਤਾਬਕ ਚੰਡੀਗੜ੍ਹ ਪੁਲਿਸ ਦੇ DSP ਨੂੰ ਦਿੱਲੀ, ਅੰਡੇਮਾਨ, ਦਮਨਦੀਪ ਤੇ ਦਾਦਰ ਨਗਰ ਹਵੇਲੀ ਯਾਨੀ ਦਾਨੀਪੁਰ ਦੇ ਕੈਚਾਂ ਵਿੱਚ ਸ਼ਾਮਿਲ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਦੇ DSP ਦਾ ਚੰਡੀਗੜ੍ਹ ਤੋਂ ਬਾਹਰ ਤਬਾਦਲਾ ਨਹੀਂ ਹੁੰਦਾ ਸੀ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਪੰਡਿਤ KK ਸ਼ਾਸਤਰੀ, ਕਾਲੀ ਉਪਾਸਕ, ਪਟਿਆਲਾ ਵਾਲੇ। ਮੋਬਾਈਲ ਨੰਬਰ 98783-34191। 35 ਸਾਲਾਂ ਦਾ ਮਹਾਨ ਤਜਰਬਾ, ਘਰ ਬੈਠੇ ਤੁਰੰਤ ਸਮੱਸਿਆ ਦਾ ਸਮਾਧਾਨ। ਵਸ਼ੀਕਰਨ, ਨੂਰੀ ਹਜ਼ੂਰੀ ਇਲਮਾਂ ਦੇ ਮਾਹਿਰ। ਲਵ ਮੈਰਿਜ, ਨੌਕਰੀ, ਕਾਰੋਬਾਰ, ਪਿਆਰ ਵਿੱਚ ਧੋਖਾ, ਮਾਤਾ ਪਿਤਾ ਨੂੰ ਮਨਾਉਣਾ, ਆਪਸੀ ਝਗੜਾ, ਪਤੀ ਪਤਨੀ ਵਿੱਚ ਅਣਬਣ, ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ, ਦੁਸ਼ਮਣ ਸੌਤਨ ਤੋਂ ਛੁਟਕਾਰਾ, ਫਿਲਮੀ ਤੇ ਮਾਡਲਿੰਗ ਕੈਰੀਅਰ। ਸਮੱਸਿਆ ਕੋਈ ਵੀ ਹੋਵੇ, ਘਰ ਬੈਠੇ ਹੀ ਹੱਲ ਕਰਵਾਓ। ਬੰਗਾਲੀ ਇਲਮਾਂ ਦੇ ਮਾਹਿਰ, ਪੰਡਿਤ KK ਸ਼ਾਸਤਰੀ, ਕਾਲੀ ਉਪਾਸਕ, ਪਟਿਆਲਾ ਵਾਲੇ। ਮੋਬਾਈਲ ਨੰਬਰ 98783-34191।